फरीदकोट के सादिक दे नाल लगदे पिंड बिहले वाला दे नौजवान ने अपने आप नूं गोली मार के आत्महत्या कर ली है। मृतक अमोलक सिंह सरकारी प्राइमरी स्कूल विच अध्यापक सी अते सवेरे ओह कार लैके अपने खेतां विच चला गया, जिथे उसने अपने आप नूं गोली मार के अपनी जीवन लीला समाप्त कर ली। काफी देर बाद परिवारिक मैंबरां नूं घटना दी जानकारी मिली तां उन्हां ने पुलिस नूं सूचित कीता। पुलिस ने लाश नूं कब्जे विच लैके पोस्टमार्टम लई भेज दिता। ਸਾਡੀ ਤਾਂ ਸੋਚ ਤੋਂ ਬਾਹਰ ਆ ਜੀ, ਅਸੀਂ ਸੋਚ ਵੀ ਨਹੀਂ ਸਕਦੇ ਕਿ ਜਿੰਨਾ ਵੀ ਪਰਿਵਾਰ ਆ ਉਹਦਾ ਅਸੀਂ ਸਾਰੇ ਵੀ ਇਹ ਕੰਮ, ਇਹ ਸਾਡਾ ਬੇਟਾ ਇਹ ਭਰਾ ਜਿਹੜਾ ਇਹ ਕੰਮ ਕਰੂਗਾ, ਇੰਨਾ ਕੁ ਲਾਇਕ ਬੱਚਾ ਸੀ। ਕਿੱਥੇ ਘਟਨਾ ਹੋਈ ਅਤੇ ਕਿੱਦਾਂ ਘਟਨਾ? ਘਟਨਾ ਖੇਤ ਦੇ ਵਿੱਚ ਹੋਈ ਹੈ ਜੀ, ਆਪਦੀ ਜ਼ਮੀਨ ਦੇ ਵਿੱਚ। ਉੱਥੋਂ ਜਾ ਕੇ ਉਹਨੇ ਆਪਦਾ ਰਿਵਾਲਵਰ ਕੋਲ ਸੀ, ਉਹਦੇ ਨਾਲ ਗੋਲੀ ਮਾਰ ਲਈ ਖੇਤ। ਉਹਨਾਂ ਨੇ ਆਪਣੀ ਸਵੇਰੇ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਸ਼ੂਟ ਕਰ ਲਿਆ ਅਤੇ ਰਿਵੋਲਵਰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈਗਾ। ਅਤੇ ਜਿਹੜਾ ਲਾਇਸੈਂਸ ਹੈ ਉਹ ਲਾਇਸੈਂਸੀ ਰਿਵੋਲਵਰ ਸੀਗਾ। ਅਤੇ 174 ਦੀ ਜਿਹੜੀ ਕਾਰਵਾਈ ਹੈ ਇਸ ਵੇਲੇ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਤੇ ਬਾਕੀ ਜਿਹੜਾ ਕਾਰਨ ਸੀ ਸੁਸਾਈਡ ਦਾ, ਸ਼ਾਇਦ ਡੋਮੈਸਟਿਕ ਕਾਰਨ ਸੀਗਾ ਅਤੇ ਕੋਈ ਆਪਣੀ ਘਰ ਦੀ ਤੰਗੀ ਪਰੇਸ਼ਾਨੀ ਸੀਗੀ, ਜਿਸ ਦੀ ਹਾਲੇ ਅਸੀਂ ਭੁੱਖ ਪੜਤਾਲ ਕਰ ਰਹੇ ਹਾਂ।